ਆ ਦੇਖ ਕੇ ਮੈਂ ਚੂਹੇ ਵਾਂਗੂ ਖੁੱਡ ਪੱਟਣ ਲੱਗਿਆ। ਹੈਲੋ, ਹਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਸੁਣਿਆ ਤੁਹਾਡੇ ਇੱਕ ਵਿਆਹੁਣ ਵਾਲਾ ਮੁੰਡਾ ਹੈ। ਮੈਨੂੰ ਨਹੀਂ ਪਤਾ, ਬੀਬੀ ਕੋ ਪੁੱਛ ਲਾ। ਇੱਕ ਤਾਂ ਬੀਬੀ ਹੈ, ਸਰਪੰਚ ਨਹੀਂ ਬਣਾ ਰੱਖੀ ਤੁਸੀਂ ਯਾਰ। ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਜੀ ਇੱਕ ਵਾਰੀ ਹੋਰ ਸੁਲਾਹ ਮਾਰ ਆਈਏ, ਨਾਲੇ ਤੁਹਾਡਾ ਨਿਆਣਾ ਵੀ ਹੁਣ ਤੱਕ ਜਵਾਨ ਹੋ ਗਿਆ ਹੋਊ। ਇਸ ਵਾਰੀ ਤਾਂ ਮੈਂ ਬਹੁਤ ਵੱਡੇ ਘਰ ਦਾ ਰਿਸ਼ਤਾ ਲੈ ਕੇ ਆਇਆ। ਮਾੜੀ ਸਲਾਹ ਕਿਸੇ ਉਤਰੇ ਦੀ, ਸਾਡਾ ਮੁੰਡਾ ਤਾਂ ਝੋਲਾ ਚੱਕ ਕੇ ਘਰੇ ਆ ਗਿਆ। ਲੈ ਫਿਰ ਤਾਂ ਸ਼ੁਕਰ ਕਰੋ ਰੱਬ ਦਾ, ਤੁਹਾਡੇ ਝੋਲਾ ਚੱਕ ਮੁੰਡੇ ਨੂੰ ਮੈਂ ਐਡੇ ਵੱਡੇ ਘਰ ਦਾ ਰਿਸ਼ਤਾ ਕਰਵਾ ਰਿਹਾ। ਲੈ ਹੋਰ ਕੀ, ਤੈਨੂੰ ਤਾਂ ਆਪਦੀ ਛਾਪ ਦੀ ਅੱਗ ਲੱਗੀ ਹੋਈ ਹੈ। ਸਾਡਾ ਆਪਦਾ ਕਪੁੱਤ ਪਤਾ ਨਹੀਂ ਕੀ ਕਰਦਾ ਫਿਰਦਾ, ਕਿਸੇ ਦੀ ਕੁੜੀ ਲੈ ਕੇ ਡੋਬਣੀ ਅਸੀਂ। ਚੱਲ ਠੀਕ ਹੈ ਬੇਬੇ। ਬੇ ਗੱਲ ਸੁਣ, ਮੇਰਾ ਨਾ ਭਾਣਜਾ ਹੈ, ਉਹ ਹਾਲੇ ਛੜਾ ਹੀ ਹੈ, 40 ਤੋਂ 2 ਉੱਤੇ ਟੱਪ ਗਿਆ। ਉਹਦੇ ਵਾਸਤੇ ਕੋਈ ਕੁੜੀ ਦੇਖ, ਛੋਟੀ ਉਹ ਵੀ ਚੱਲੂਗੀ। ਨਾ ਬੇਬੇ, ਆਪਾਂ ਸੈਕਿੰਡ ਹੈਂਡ ਕੰਮ ਹੀ ਨਹੀਂ ਕਰੀਦਾ, ਸਿੱਧਾ ਸ਼ੋਰੂਮ ਵਾਲਾ ਕੰਮ ਹੀ ਕਰੀਦਾ। ਤੁਰ ਜਾ ਇੱਥੋਂ, ਲੱਗਦਾ ਸ਼ੋਰੂਮ ਦਾ। ਬੇ ਜਵਾਕੜੀ ਕਿਹੜੀ ਚੱਕ ਜਾਂਦਾ? ਉਹ ਬੇਬੇ ਸਾਡਾ ਤਾਂ ਕੰਮ ਹੀ ਇਹ ਹੈ, ਲੱਗਦਾ ਇਹ ਵੀ ਵਿਆਹੁਣ ਜੋਗੀ ਹੋ ਗਈ। ਹਾਂ ਤੂੰ ਇਹਨੂੰ ਵੀ ਰਿਸ਼ਤਾ ਕਰਾਏਗਾ? ਨਹੀਂ ਨਹੀਂ, ਇਹ ਤਾਂ ਮੈਂ ਆਪਦੇ ਵਾਸਤੇ ਦੇਖ ਰਿਹਾ। ਬੇ ਤੈਨੂੰ ਉਹ ਦੇਖੀ ਆਪਾਂ ਸੌਣ ਨਹੀਂ ਦਿੰਦਾ, ਮਿੰਟ ਚ ਘੋੜੀ ਚੜਾ ਦੂੰ ਤੈਨੂੰ। ਇੱਕ ਤਾਂ ਬੇਬੇ ਪਤਾ ਨਹੀਂ ਕੀ ਤੜਕੇ ਤੂੰ ਭਰਿੰਡਾ ਖਾ ਲੈਣੀ ਆ, ਬਹੁਤ ਕੌੜਾ ਬੋਲਦੀ ਆ। ਲੱਗਦਾ ਭਰਿੰਡਾ ਦਾ ਖੌਂਸੜੇ ਨਾ ਖਾਲੀ ਮੈਂ ਚੂਹੀ ਹੱਥ ਧੋ ਕੇ ਪੈ ਜਾ। ਓਮ ਸ਼ਾਂਤੀ ਓਮ ਸ਼ਾਂਤੀ ਸ਼ਾਂਤੀ ਓਮ। ਬੇਬੇ ਸਾਰੇ ਕੰਮ ਸ਼ਾਂਤੀ ਨਾਲ ਹੋ ਗਏ, ਧਰਮ ਨਾਲ ਆਪਾਂ ਨੂੰ ਫੁੱਲ ਨਹੀਂ ਆ ਰਿਹਾ ਨੇ। ਮੈਨੂੰ ਪਤਾ ਤੇਰੇ ਕੰਮ ਦਾ। ਓ ਬਾਪੂ ਤੂੰ ਬੜਾ ਸ਼ਾਂਤੀ ਨਾਲ ਬੈਠਾ, ਕੀ ਗੱਲ? ਬਹਿ ਕੇ ਦਿਖਾਵੇ ਸ਼ਾਂਤੀ ਨਾਲ, ਜੇ ਗੋਡੇ ਨਾਲ ਵੜਦੇ ਆ। ਓ ਬੇਬੇ ਸ਼ਾਂਤੀ ਰੱਖਣ ਤੇ ਚੰਗੀ ਹੁੰਦੀ ਕਿ ਨਹੀਂ ਘਰ? ਜਿਹੜੇ ਚਿਲਤਰ ਤੂੰ ਕਰਦਾ ਨਾ ਮੈਂ ਸਭ ਜਾਣਦੀ ਆ। ਅਮ ਮਾਰੀਏ ਇਹ ਵੱਡਾ ਦੋ ਇੱਕ ਗਲਾਸੇ ਮਰ ਜਾਏਗਾ। ਕਿਹਾ ਸੀ 2 ਜਮ ਲੈ, ਇੱਕ ਮੁੰਡਾ ਤੇ ਕੁੜੀਆਂ ਦੇ ਜਮ ਕੇ ਟੋਕਰਾ ਭਰਤਾ। ਬੀਜੀ ਤੁਸੀਂ ਆਪ ਤਾਂ ਕਿਹਾ ਸੀ ਵੀ ਮੁੰਡਾ ਹੋ ਗਿਆ, ਹੁਣ ਬਸ ਕਰੋ। ਬਦਲ ਬਲ ਕਿਵੇਂ ਹੰਕਾਰੀ ਆ, ਮੇਰੇ ਸਾਹਮਣੇ ਜਵਾਨ ਲੜਾਉਣੀ ਹੈ? ਇਹ ਨਹੀਂ ਦੇਖਦੀ ਆਪ ਮੁੰਡਾ ਕੀ ਲੱਛਣ ਕਰਦਾ ਫਿਰਦਾ। ਬੇਬੇ ਆਪਣਾ ਪੱਕਾ, ਆਪਾਂ ਘਰ ਸ਼ਾਂਤੀ ਰੱਖਣੀ ਆ। ਦੇਖੀ ਮੇਰੇ ਨਾਲ ਮਾਰੀ, ਬੱਚਾ ਆ ਸ਼ਾਂਤੀ ਦਾ। ਲਓ ਜੀ ਲਓ ਭਾਈ, ਤੁਸੀਂ ਚਾਹ ਪਾਣੀ ਪੀਓ, ਸੀਰੀ ਭੇਜਿਆ ਮੁੰਡੇ ਨੂੰ ਬੁਲਾਉਣ ਵਾਸਤੇ। ਠੀਕ ਹੈ ਜੀ। ਲਓ ਜੀ, ਹੁਣ ਤਾਂ ਮੁੰਡਾ ਪੜ੍ਹਦਾ ਇਸ ਵੇਲੇ 15ਵੀਂ ਜਮਾਤ ਚ, ਠੀਕ ਹੈ, ਪਰ ਖੇਤ ਦਾ ਨਾ ਭਰੋਸਾ ਨਹੀਂ ਕਰਦਾ। ਪੈਸੇ ਤਾਂ ਬਥੇਰੇ ਕਮਾਏ ਆ ਉਹਨੇ, ਪਰ ਐਵੇਂ ਵੀ ਨਹੀਂ ਬਿਮਾਰ ਹੋਣ ਤੇ ਜਵਾਕ ਡਾਕਟਰ ਕੰਨੀ ਜਾਣ ਦੀ ਥਾਂ ਸੰਦੂਕਾਂ ਕੰਨੀ ਭੱਜੇ। ਬਾਈ ਬੁੜੀ ਕੁਛ ਜ਼ਿਆਦਾ ਹੀ ਤੇਜ਼ ਹੈ। ਘਰ ਬਾਰ ਚੰਗਾ, ਆਪਣੇ ਨਾਲੋਂ ਜ਼ਮੀਨ ਵੀ ਚੰਗੀ ਹੈ ਕਿ ਨਹੀਂ? ਕੁੜੀ ਮੌਜਾਂ ਕਰੂ ਆਪਣੀ। ਗੁੱਡੀ ਤੇਰੀ ਹੈ ਭਾਈ? ਨਹੀਂ ਜੀ, ਮੈਂ ਤਾਂ ਬੈਚੂਲਰ ਹਾਂ ਜੀ। ਕੀ ਕਿਹਾ? ਮੇਰਾ ਮਤਲਬ ਤਾਇਆ ਤਾਂ ਸਾਡਾ ਛੜਾ ਜੀ, ਮੇਰੀ ਭੈਣ ਹੈ ਜੀ, ਬਾਪੂ ਨੂੰ ਕੰਮ ਸੀ, ਬਾਪੂ ਆ ਨਹੀਂ ਸਕਿਆ। ਅੱਛਾ, ਮੇਰਾ ਵੀ ਭਾਣਜਾ, ਉਹਨੇ ਵੀ ਨਹੀਂ ਕਰਾਇਆ, ਅਲੱਛਣ ਮਾੜੇ ਸੀ। ਨਹੀਂ ਜੀ ਨਹੀਂ, ਇਹੋ ਜੀ ਤਾਂ ਕੋਈ ਗੱਲ ਨਹੀਂ ਜੀ, ਮੈਂ ਤਾਂ ਇੱਧਰ ਠੀਕ ਹੈ ਜੀ। ਗੁੱਸਾ ਨਾ ਕਰੀ ਭਾਈ, ਆਪ ਤਾਂ ਤੂੰ ਪੁੱਠੇ ਤਵੇ ਵਰਗਾ, ਕੁੜੀ ਦੁੱਧ ਚਿੱਟੀ ਭਾਲਦਾ ਹੋਏਗਾ। ਜਿਹੜੀਆਂ ਗੱਲਾਂ ਤੂੰ ਕਰਕੇ ਲੈ ਕੇ ਆਇਆ ਸੀ, ਓਡੀ ਗੱਲਬਾਤ ਮੈਨੂੰ ਦੀਂਦੀ ਨਹੀਂ। 38 ਕਿੱਲੇ ਆਂਦਾ ਸੀ ਤੂੰ, ਕਿਤੇ ਵਿੱਚ ਪਸ਼ੂਆਂ ਵਾਲੇ ਕਿੱਲੇ ਤਾਂ ਨਹੀਂ ਗਣਾਈ ਜਾਂਦਾ? ਪਹਿਲਾਂ ਜਿਹੜੀ ਨਾ ਘਰੇ ਜੇ ਆ ਗਿਆ ਜੀ ਮੁੰਡਾ ਸੀ, ਹੋੜ ਦੇ ਫਕਾਰੇ ਉੱਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ, ਕਿਵੇਂ ਸੱਦਾ ਬੇਬੇ? ਛੋਟਾ ਲੈਣਾ ਇਹਨੇ? ਉਹ ਬਾਈ ਜੀ ਵੇਚਣਾ ਨਹੀਂ ਹੈਗਾ ਅਸੀਂ। ਨਹੀਂ ਪੁੱਤ, ਰਿਸ਼ਤੇ ਨੂੰ ਆਏ ਨੇ ਤੇਰੇ। ਇਹ ਹੈ ਜੀ ਮੁੰਡਾ, ਦੇਖ ਲਓ ਤੁਹਾਡੇ ਸਾਹਮਣੇ ਤੁਰ ਕੇ ਆ, ਲੰਗ ਲੁੰਗ ਵੀ ਨਹੀਂ ਮਾਰਦਾ, ਬਾਕੀ ਬੋਲਦਾ ਤੁਸੀਂ ਸੁਣ ਹੀ ਲਿਆ। ਜੇ ਉਂਗਲਾਂ ਗਲਾਂ ਗਿਣਨੀਆਂ ਨੇ ਤਾਂ ਗਿਣ ਸਕਦੇ ਹੋ, ਵੈਸੇ ਪੂਰੀਆਂ। ਦੇਖ ਲਓ ਦੇਖ ਲਓ, ਤੇ ਕੁੜੀ ਦੀ ਫੋਟੋ ਵੀ ਤਾਂ ਦਿਖਾਓ ਸਾਨੂੰ। ਉਹ ਨਹੀਂ ਬੇਬੇ, ਆਪਾਂ ਵੀ ਤਾਂ 3 ਕੁੜੀਆਂ ਵਹੀਆਂ ਨੇ, ਐਵੇਂ ਕਿਸੇ ਦੀ ਧੀ ਭੈਣ ਦੀ ਫੋਟੋ ਵਹਿੰਦੇ ਚੰਗੇ ਲੱਗਦੇ ਆ? ਕਿੰਨੇ ਵਧੀਆ ਬੰਦੇ ਨੇ, ਕੁੜੀ ਵੀ ਇਹਨਾਂ ਦੀ ਇਹਨਾਂ ਵਰਗੀ ਹੋਊਗੀ। ਬਾਕੀ ਵੇਖੋ ਜੀ, ਰੰਗ ਤਾਂ 2 ਹੀ ਹੁੰਦੇ ਨੇ, ਚਿੱਟਾ ਤੇ ਕਾਲਾ, ਰੰਗ ਤਾਂ ਕੀ ਚੱਟਣਾ। ਬਾਕੀ ਜਿਵੇਂ ਤੁਹਾਨੂੰ ਵੱਡਿਆਂ ਨੂੰ ਠੀਕ ਲੱਗੇ, ਠੀਕ ਹੈ ਜੀ। ਵਾਹ ਵੀ ਵਾਹ, ਠੀਕ ਹੈ। ਆ ਲਓ ਕਾਕਾ ਜੀ ਸ਼ਗਨ,
ਮਾਂ ਜੀ ਹਾਂ ਅਸੀਂ ਮੁੰਡਾ ਰੋਕ ਲਿਆ ਅਖੀਰਲੀ ਗੱਲ ਜਿਹੜੀ ਮੁੰਡੇ ਨੇ ਕਹੀ ਨਾ ਮੈਨੂੰ ਧਰਮ ਨਾਲ ਕੀਲ ਕੇ ਰੱਖਤਾ ਹੁਣ ਜਦੋਂ ਤੁਹਾਡਾ ਜੀ ਕਰੇ ਤੁਸੀਂ ਆ ਜਾਓ ਸਾਨੂੰ ਮੁੰਡਾ ਪਸੰਦ ਹੈ ਕਿਉਂ ਬਈ ਬਿਲਕੁਲ ਹਾਂ ਮੁੰਡੇ ਨੇ ਤਾਂ ਇੰਨੀ ਸੋਹਣੀ ਗੱਲ ਕਰ ਦਿੱਤੀ ਹੁਣ ਅਸੀਂ ਤਾਂ ਸਿੱਧਾ ਸ਼ਗਨ ਪਾਉਣ ਹੀ ਆਵਾਂਗੇ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਬੁੱਧਵਾਰ ਦਾ ਦਿਨ ਰੱਖ ਲਓ ਹਾਂ ਠੀਕ ਹੈ ਬੁੱਧਵਾਰ ਜਿਵੇਂ ਤੁਹਾਡਾ ਹੁਕਮ ਸਿਰ ਮੱਥੇ ਜੀ ਅਬ ਫਿਰ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਵੀ ਵਧਾਈਆਂ ਅੱਛਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੂੰ ਕਿੱਧਰ ਪੁੱਤ ਇੱਕ ਮਿੰਟ ਮੇਰੀ ਗੱਲ ਸੁਣ ਇੱਥੇ ਬੈਠ ਮੇਰੇ ਕੋਲੇ ਉਮਰ ਤਾਂ ਤੇਰੀ ਹੱਸਣ ਖੇਡਣ ਦੀ ਹੈ ਕੋਈ ਗੱਲ ਨਹੀਂ ਬਥੇਰਾ ਹੱਸ ਲਿਆ ਖੇਡ ਲਿਆ ਵਿਆਹ ਤਾਂ ਆਪਣੇ ਖਾਨਦਾਨ 'ਚ ਕਰਾਉਣਾ ਚੰਗਾ ਹੁੰਦਾ ਹੈ ਦੇਖੀ ਮੁਕਰੀ ਨਾ ਮੇਰਾ ਪੁੱਤ ਨਹੀਂ ਮੁਕਰਦਾ ਨਹੀਂ ਮੁਕਰਦਾ ਪੱਕਾ ਨਹੀਂ ਮੈਂ ਸੱਦ ਕੇ ਜਾਵਾਂ ਮੇਰੇ ਪੁੱਤ ਨਿੱਕੇ ਪੁੱਤ ਤੇਰੇ ਸਹੁਰੇ ਦਾ ਘਰ ਆ ਗਿਆ ਓਏ ਉੱਠ ਜਾ ਉੱਠ ਜਾ ਓਏ ਬਹੁਤ ਚੰਗਾ ਕੀਤਾ ਜੀ ਹੋਰ ਸੁਣਾਓ ਤੁਸੀਂ ਠੀਕ ਰਹਿੰਦੇ ਹੋ ਬਸ ਠੀਕ ਹੀ ਰਹਿੰਦੇ ਹਾਂ ਠੀਕ ਤਾਂ ਕਾਹਦਾ ਭਾਈ ਇਹੋ ਜਿਹਾ ਹੀ ਹੈ ਊਂ ਤਾਂ ਪਿੰਡ ਦਾ ਜੈਲਦਾਰ ਵੱਜਦਾ ਹੈ ਪਰ ਨਾ ਦਿਨੋਂ ਦਿਨ ਨਿਗਰਦਾ ਹੀ ਜਾਂਦਾ ਹੈ ਆਹੋ ਜੀ ਜਵਾਨੀ ਪਹਿਰੇ ਤਾਂ ਸੁੱਖ ਨਾਲ ਜੈਲਦਾਰ ਸਾਹਿਬ ਹੀ ਘੁੱਟਦੇ ਰਹੇ ਨੇ ਬਸ ਆਹ ਥੋੜਾ ਜਿਹਾ ਸ਼ੁਕਰ ਕਰਕੇ ਹੀ ਸੁੰਗੜ ਗਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੁੱਤ ਤੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੋਨੋਂ ਇੱਕ ਦੂਜੇ ਨੂੰ ਜਾਣਦੇ ਹੋ ਹਾਂ ਵੀਰੇ ਆ ਤਾਂ ਮੇਰੇ ਕਾਲਜ ਪੜ੍ਹਦਾ ਆ ਲੈ ਪੁੱਤ ਆ ਤਾਂ ਬਾਹਲੇ ਚੰਗਾ ਹੋਇਆ ਤੁਸੀਂ ਇੱਕ ਦੂਜੇ ਨੂੰ ਜਾਣਦੇ ਹੋ ਐ ਬਣਦੇ ਆ ਰੱਬ ਨਾਲ ਸਬੱਬ ਤੇਰੀਆਂ ਤੂੰ ਹੀ ਜਾਣਦਾ ਪਿਆ ਆ ਜਾ ਪੁੱਤ ਤੂੰ ਮੇਰੇ ਕੋਲ ਆ ਕੇ ਬੈਠ ਉੱਠਵੇ ਉੱਠ ਗਿਆ ਕੰਮ ਸ਼ੁਰੂ ਆ ਜਾ ਪੁੱਤ ਇਹਦੇ ਨਾਲ ਹੀ ਤਾਂ ਰਿਸ਼ਤਾ ਕਰਨਾ ਤੁਹਾਡਾ ਅੱਛਾ ਮੈਂ ਸੋਚਿਆ ਇਹੀ ਕੁੜੀ ਹੈ ਨਹੀਂ ਨਹੀਂ ਮਾਂ ਜੀ ਇਹ ਤਾਂ ਛੋਟੇ ਦੀ ਕੁੜੀ ਹੈ ਪੜ੍ਹਦੀ ਹੈ ਹਾਲੇ ਰਿਸ਼ਤਾ ਤਾਂ ਅਸੀਂ ਬਲਵਿੰਦਰ ਬਾਈ ਦੀ ਕੁੜੀ ਦਾ ਕਰਨਾ ਹੈ ਬੇਬੇ ਮੈਂ ਨਹੀਂ ਕਰਾਉਣਾ ਇਹਦੇ ਨਾਲ ਤੇਰਾ ਤਾਂ ਪਿਓ ਵੀ ਕਰਾਊਗਾ ਮੈਂ ਕੀ ਹੋਇਆ ਕੁੜੀ ਨੂੰ ਚੰਗੀ ਭਲੀ ਕੁੜੀਆਂ ਵਰਗੀ ਕੁੜੀ ਹੈ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਤੂੰ ਹੀ ਭੰਗਦਾ ਸੀ ਫੋਟੋ ਦਾ ਕੀ ਕਰਨਾ ਅਖੇ ਰੰਗ ਤਾਂ ਦੋ ਹੀ ਹੁੰਦੇ ਨੇ ਰੰਗ ਨੂੰ ਕੀ ਚੱਟਣਾ ਹੈ ਕੀ ਕਹਿੰਦੇ ਆ ਕਾਕਾ ਜੀ ਕੁਛ ਨੀ ਭਾਈ ਕਹਿੰਦਾ ਛੇਤੀ ਕਰੋ ਆਪਾਂ ਨਾ ਚਾਹ ਪਾਣੀ ਪਿੱਛੋਂ ਪਹਿਲਾਂ ਸ਼ਗਨ ਪਾਉਂਦੇ ਹਾਂ ਬਾਪੂ ਹਾਂ ਮੈਂ ਉੱਥੇ ਵਿਆਹ ਨਹੀਂ ਕਰਾਉਣਾ ਬਾਪੂ ਕੁਛ ਵੀ ਹੋ ਜਾਏ ਮੈਂ ਨਹੀਂ ਵਿਆਹ ਕਰਾਉਣਾ ਗੜੀ ਰੋਕ ਉਲਟੀ ਆਉਂਦੀ ਹੈ ਗੜੀ ਰੋਕ ਓਏ ਬੀਬੀ
ਬੀਬੀ ਬੀਬੀ ਹਾਂ ਨਿੱਕਾ ਕਹਿੰਦਾ ਮੈਂ ਵਿਆਹ ਨਹੀਂ ਕਰਾਉਣਾ ਮੈਨੂੰ ਕੀ ਦੱਸਦਾ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਇਹ ਸ਼ਾਂਤੀ ਨਾਲ ਵਿਆਹ ਕਰਾਉਣ ਫਿਰਦਾ ਤੂੰ ਇੱਥੇ ਰੌਲਾ ਨਾ ਪਾਈ ਘਰੇ ਜਾ ਗੱਲ ਕਰਦੇ ਆ ਠੀਕ ਹੈ ਬੀਬੀ ਵਿਆਹ ਸ਼ਾਂਤੀ ਨਾਲ ਹੋਣਾ ਚਾਹੀਦਾ ਰੌਲਾ ਬਾਗਾ ਬਾਗੀ ਲੈਣਾ ਤੈਨੂੰ ਤੇਰੇ ਤੈਨੂੰ ਕਦੋਂ ਅਕਲ ਆਊਗੀ ਜੇ ਵਜੇ ਤੋਂ ਵੱਡੀ ਪੁੱਤਾਂ ਵਾਲੀ ਦੇਖ ਲੈ ਕੀ ਰੰਗ ਲਾਉਂਦਾ ਫਿਰਦਾ ਇੱਕ ਆ ਡੁੰਨ ਬੱਟਾ ਬਣੇ ਬੈਠਾ ਤੇਰਾ ਬਾਪੂ ਵੀ ਲੋਲਾ ਹੀ ਆ ਯਾਰ ਹੋਰ ਯਾਰ ਲਾਇਆ ਸ਼ਿਕਾਇਤ ਚਲੋ ਆ ਤਾਂ ਸੋਹਣਾ ਕੰਮ ਕਰ ਆਏ ਮੈਨੂੰ ਪਹਿਲਾਂ ਹੀ ਪਤਾ ਸੀ ਚੱਲ ਤੂੰ ਤੋਰ ਲੈ ਹੁਣ ਕਿ ਤੂੰ ਹਾਰ ਪਾਉਣੇ ਆ ਇੱਥੇ ਕੀ ਪਾਲਦਾ ਹੈ ਸਪਰੇਅ ਕਿੱਥੇ ਹੈ ਮਰਨਾ ਮੈਂ ਚੱਲ ਪੀ ਛੇਤੀ ਕਰ ਕੰਮ ਨਿਬੇੜ ਸਾਡੇ ਕੋਲ ਵਾਧੂ ਟਾਈਮ ਹੈ ਨੀ ਮਿੰਟ ਲਾ ਚੱਲ ਚੱਕ ਮੈਂ ਤੈਨੂੰ ਐਡਾ ਵੱਡਾ ਇਸ ਕਰਕੇ ਕੀਤਾ ਕਿ ਸਾਡੇ ਸਿਰ ਚਿੱਠੇ ਪਾਵੇ ਕੀ ਲੱਛਣ ਫੜੇ ਨੇ ਮਾਂ ਪੁੱਤ ਨੇ ਬੀਜੀ ਮੈਂ ਕੀ ਕੀਤਾ ਮੇਰੇ ਸਾਹਮਣੇ ਬੋਲਦੀ ਹੈ ਮੈਂ ਤੇਰੇ ਜਵਾਨ ਹੈ ਨੀ ਤੂੰ ਚੁੱਪ ਕਰ ਪੁੱਤਰ ਤੂੰ ਜਾ ਕੇ ਮੇਰੇ ਲਈ ਥੋੜੀ ਚਾਹ ਬਣਾ ਕੇ ਲਿਆ ਮੇਰਾ ਅੱਗੇ ਸਿਰ ਦੁਖਦਾ ਪਿਆ ਤੇਰਾ ਵਿਹਲੇ ਰਸੇ ਦੁਖਦਾ ਘਰ 'ਚ ਇੰਨਾ ਕਲੇਸ਼ ਛਿੜਿਆ ਹੋਇਆ ਤੈਨੂੰ ਚਾਹ ਦੀ ਅੱਗ ਲੱਗੀ ਪਈ ਹੈ ਮੇਰੇ ਸੰਗ ਜੋ ਪਾਣੀ ਦੀ ਘੁੱਟਣੀ ਗਈ ਪੀ ਲੈ ਹੁਣ ਪੀ ਲੈ ਕਿਹਨੂੰ ਉਡੀਕਦਾ ਹੁਣ ਤੂੰ ਝਾਕਦਾ ਹੁਣ ਬਿਟਰ ਬਿਟਰ ਚੰਗਾ ਜੀ ਮੈਂ ਚੱਲਦਾ ਫਿਰ ਕਿੱਥੇ ਮੇਰੇ ਭਾਪੇ ਦਾ ਫੋਨ ਆਇਆ ਸੀ ਜੀ ਘਰੋਂ ਭਾਪੇ ਨੇ ਇੱਥੇ ਸੱਦ ਲੈ ਤੂੰ ਓਨਾ ਚਿਰ ਨਹੀਂ ਜਾਏਗਾ ਜਿੰਨੀ ਦੇਰ ਤੱਕ ਮੁੰਡਾ ਵਿਆਹ ਲਈ ਰਾਜੀ ਨਹੀਂ ਹੁੰਦਾ ਮੇਜਰਾ ਚੱਕ ਕੇ ਰੱਖ ਇਹਨੂੰ ਸਪਰੇਹਾਂ ਪੀਣੀਆਂ ਕੋਈ ਸੌਖੀਆਂ ਨੇ ਤੇਰਾ ਵਿਆਹ ਉਸੇ ਘਰ 'ਚ ਹੀ ਹੋਊਗਾ ਬੇਬੇ ਮੈਂ ਕੁਝ ਹੋਰ ਸੋਚਿਆ ਸੀ ਉਹ ਗੱਲ ਨਹੀਂ ਮੈਨੂੰ ਪਤਾ ਤੇਰੀਆਂ ਸੋਚਾਂ ਕਿਹੜੀਆਂ ਨੇ ਬੇਬੇ ਤੁਹਾਨੂੰ ਕੁਝ ਨਹੀਂ ਪਤਾ ਤੁਹਾਨੂੰ ਮੈਂ ਦੱਸਦਾ ਉਹ ਤੂੰ ਉੱਤੇ ਚਵਾਰੇ 'ਚ ਜਾ ਮੈਂ ਗੱਲ ਕਰਦਾ ਬੇਬੇ ਜਦੋਂ ਨਵਾਂ ਨਵਾਂ ਬੈਠ ਕੇ ਗੱਡੇ 'ਚ ਜੋੜੀਦਾ ਨਾ ਤਾਂ ਟਪੂਸੀਆਂ ਤਾਂ ਮਾਰਦਾ ਹੀ ਹੁੰਦਾ ਨਾਲੇ ਮੈਨੂੰ 5 ਤੋਲੇ ਦਾ ਕੜਾ ਕਾਹਦੇ ਵਾਸਤੇ ਪਾਉਣਾ ਤੁਸੀਂ ਮੈਂ ਆਪੇ ਸਮਝਾਉਂ 5 ਤੋਲੇ ਨਾ ਕਿਤੇ 32 ਤੋਲੇ ਮੈਂ ਅੱਧੇ ਤੋਲੇ ਦੀ ਛਾਂ ਪਾਉਂ ਬਸ ਮੁੰਡੇ ਨੂੰ ਜਿਵੇਂ ਮਰਜ਼ੀ ਬਣਾ ਇੱਕ ਗੱਲ ਦਾ ਧਿਆਨ ਰੱਖੀ ਜੇ ਮੁੰਡੇ ਨੇ ਸਪਰੇਅ ਪੀਣੀ ਨਾ ਤਾਂ ਤੇਰੇ ਸੰਗ 'ਚ ਮੈਂ ਸੁੱਟੂ ਗਲਾਸ ਭਰ ਕੇ ਸਤ ਬਚਨ ਜੀ ਆ ਕਹੇ ਜੇ ਨਾ ਉਹ ਤੁਹਾਡੇ ਘਰ ਦੇ ਸਮਝਾਉਂਦਾ ਸਮਝਾਉਂਦਿਆਂ ਨੂੰ ਰਾਤ ਪੈਣ ਵਾਲੀ ਹੋ ਗਈ ਇੱਕ ਆ ਤੁਹਾਡੀ ਬੁੜੀ ਜਦੋਂ ਬਣਾ ਕੇ ਚੂੰਗੜੇ ਜਿਹੇ ਵਰਗਾ ਮੂੰਹ ਬੋਲਦੀ ਹੈ ਨਾ ਮਾੜੇ ਬੰਦੇ ਦਾ ਦਿਲ ਫਟ ਜੇ ਤੇ ਤੂੰ ਉਹਨਾਂ ਨੂੰ ਕੀ ਦੱਸਣ ਲੱਗਿਆ ਸੀ ਕਾਕਾ ਜੀ ਹੋਸ਼ ਕਰੋ ਵਿਆਹ ਕਰਾ ਰਹੇ ਹੋ ਕੋਈ ਸਬਜ਼ੀ ਮੰਡੀ 'ਚ ਨਹੀਂ ਖੜੇ ਛਾਂਟ ਕੇ ਜੇ ਕਹਿ ਦੋਗੇ ਵੀ ਆ ਕੱਚੇ ਜੇ ਕੱਦੂ 2 ਕਿਲੋ ਤੋਲ ਦੇ ਉਦੋਂ ਬੜੀ ਗੁੱਠ ਵਾਲੀ ਪੱਗ ਬੰਨ ਕੇ ਵਿਚੋਲਾ ਬਣ ਕੇ ਜਾਵੜਿਆ ਸੀ ਫੋਟੋ ਨਹੀਂ ਸੀ ਦੇਖ ਸਕਦਾ ਤੂੰ ਦੇਖ ਲੈਂਦਾ ਨਾਲੇ ਵਿਚੋਲੇ ਨੂੰ ਸਾਡਾ ਕੋਈ ਖਾਂਦਾ ਨਹੀਂ ਪੇਸ਼ਾ ਇਹ ਮੈਂ ਤਾਂ ਇੱਕ ਮੋਬਾਈਲ ਦੇ ਲਾਲਚ ਨੂੰ ਮੋਰੇ 'ਚ ਲੱਤ ਫਸਾ ਬੈਠਾ ਉਹ ਮੈਨੂੰ ਨਹੀਂ ਚਾਹੀਦਾ ਭਰਾਵਾ ਤੇਰਾ ਐਪਲ ਉਪਲ ਮੈਨੂੰ ਤਾਂ ਨੋਕੀ ਸੱਪ ਵਾਲਾ ਠੀਕ ਹੈ ਬਈ ਕੁਛ ਨਾ ਕੁਛ ਤਾਂ ਕਰਨਾ ਪਊਗਾ ਯਾਰ ਮੈਂ ਤਾਂ ਨਹੀਂ ਬਚਣਾ ਹੈ ਤੁਹਾਡੀ ਬੁੜੀ ਤਾਂ ਖੰਗਰ ਵਰਗਾ ਪੱਕਾ ਮਨ ਬਣਾਈ ਬੈਠੀ ਹੈ ਉਹ ਤਾਂ ਨਹੀਂ ਟੁੱਟਦਾ ਤੇ ਕੁੜੀ ਵਾਲਿਆਂ ਦੀ ਇੱਜ਼ਤ ਦਾ ਸਵਾਲ ਹੈ ਲਵੀ ਜੇ ਕੁੜੀ ਜਵਾਬ ਦੇ ਦੇ ਫੇਰ ਬਈ ਓਏ ਹਾਂ ਆਹ ਗੱਲ ਤੇਰੀ ਠੀਕ ਹੈ ਤੂੰ ਐਂ ਕਰ ਕੁੜੀ ਨੂੰ ਬੁਲਾ ਉਹਦੇ ਨਾਲ ਲੱਛਣ ਲੁਛਣ ਕਰ ਕੌਫੀ ਕੂਫੀ ਡੋਲ ਭਰਾਵਾ ਜਿਵੇਂ ਮਰਜ਼ੀ ਕਰ ਮੇਰੀ ਮੋਰੇ 'ਚ ਲੱਤ ਕਢਾ ਹਾਂਜੀ ਸਰ ਅੱਛਾ ਬਈ ਇੱਦਾਂ ਕਰ ਦੋ ਚਾਹਵਾਂ ਲੈ ਕੇ ਵੀਰ ਬਣ ਕੇ ਤੱਤੀਆਂ ਤੱਤੀਆਂ ਜੀਆਂ ਓਕੇ ਸਰ ਅੱਛਾ ਗੱਲ ਸੁਣ ਜੀ ਦੋ ਮੱਠੀਆਂ ਲੈ ਯਾਰ ਸਰ ਮੱਠੀਆਂ ਹੈ ਨਹੀਂ ਸਰ ਸੋਰੀ ਚੱਲ ਫਿਰ ਚਾਹ ਲਿਆ ਜਾ ਕੇ ਵੇਖੋ ਜੀ ਤਰੀਕਾਂ ਤਰੂਕਾਂ ਤੇ ਜਾਂਦੇ ਰਹੀਦਾ ਔਰ ਡੇਟਾਂ ਟੂਟਾਂ ਦਾ ਬਹੁਤਾ ਹਿਸਾਬ ਨਹੀਂ ਗਾ ਜੀ ਪਹਿਲੀ ਵਾਰੀ ਆਇਆ ਮੈਂ ਕੋਈ ਨੀ ਪਾਣੀ ਆ ਹਾਂਜੀ ਪਾਣੀ ਆ ਚਲੋ ਹੁਣ ਆਪਣਾ ਵਿਆਹ ਤਾਂ ਹੋਣੀ ਆ ਜੀ
ਸੱਚ ਦੱਸਿਆ ਪਹਿਲਾਂ ਹੀ ਚੰਗਾ ਹੁੰਦਾ। ਆਪਾਂ ਰਾਤ ਨੂੰ 3-4 ਰੁਪਏ ਕਿਤੇ ਸੀ ਦੇ ਲਾ ਕੇ ਤਾਂ ਕਿਤੇ ਜਾ ਕੇ ਆਪਾਂ ਨੂੰ ਨੀਂਦ ਆਉਂਦੀ ਹੈ, ਫੇਰ ਨਾ ਕਿ ਦੱਸਿਆ ਨੀ। ਕੋਈ ਨੀ, ਇੱਧਰ ਵੀ ਵੋੜਕਾ ਹੀ ਚੱਲਦੀ ਆ। ਨਾਲੇ ਕੁੱਕੜ ਤੋਂ ਬਿਨਾਂ ਰੋਟੀ ਨਹੀਂ ਖਾਂਦਾ ਮੈਂ। ਲੌਬਸਟਰ ਟਰਾਈ ਕੀਤਾ, ਕੇਕੜਾ ਖਾਧਾ। ਉਹ ਮੈਨੂੰ ਨਾ ਮੱਛੀ ਬੜੀ ਸਵਾਦ ਲੱਗਦੀ ਆ। ਨਾਲੇ ਆ ਸੂਟ ਜੇ ਨਹੀਂ ਵਧੀਆ ਲੱਗਦੇ ਮੈਨੂੰ, ਜੀਨਾਂ ਪਾਉਣੀਆਂ ਪਿਆ ਕਰਨੀਆਂ। ਆ ਆ ਕੌਣ ਪਾਊਗਾ, ਮੈਂ ਤੇ ਬਸ ਨਿੱਕਰਾਂ ਹੀ ਪਾਊਂਗੀ। ਲੈ ਆ ਗਿਆ ਤੇਰਾ ਨੋਡੀ ਖਾਂ। ਆ ਗਿਆ, ਬੜਾ ਚਿਰ ਲਾਤਾ। ਕਿਵੇਂ ਆ ਪੁੱਤ ਸਾਡੀ ਨੂੰਹ ਰਾਣੀ? ਸ਼ਰਾਬਾਂ ਪੀਂਦੀ ਅਗਲੀ ਸਵੇਰੇ ਸ਼ਾਮੀ। ਫਿਰ ਕੀ ਹੋਇਆ, ਇਹਦੀ ਬੇਬੇ ਫੀਮ ਖਾਂਦੀ ਸੀ ਬੁੜੀ, ਸਾਨੂੰ ਕੀ ਕਹਿੰਦੀ ਜਵਾਗੜੀ? ਬੇਬੇ ਏਡੇ ਏਡੇ ਕੋਈ ਕੱਪੜੇ ਪਾਉਂਦੀ ਨਹੀਂ, ਇਦੋਂ ਵੱਡੇ ਨਹੀਂ ਪਾਉਂਦੀ ਬੇਬੇ, ਸੌਂ ਲੱਗੇ। ਨਾਲੇ ਕਹਿੰਦੀ ਮੈਂ ਨਹੀਂ ਸੂਟ ਸਾਟ ਪਾਉਣੇ, ਮੈਨੂੰ ਗਰਮੀ ਲੱਗਦੀ ਸੂਟਾਂ 'ਚ। ਆ ਤੁਸੀਂ ਦੋਨਾਂ ਨੇ ਤਾਂ ਪਾਏ ਆ, ਤੁਹਾਨੂੰ ਕਿਹੜਾ ਗਰਮੀ ਲੱਗਦੀ ਭਲਾ? ਸਾਡੀ ਗੱਲ ਛੱਡ ਪੁੱਤ, ਜਮਾਨੇ ਨਾਲ ਤੁਰਨਾ ਹੀ ਪੈਂਦਾ। ਫਿਰ ਕੀ ਹੋਇਆ, ਪਿੰਡ ਵਾਲਾਂ ਦਾ ਜੀ ਲਾਈ ਰੱਖੂਗੀ? ਬੇਬੇ ਸ਼ਰਮ ਕਰ ਲੈ ਮਾੜੀ ਮੋਟੀ। ਓਏ ਬਾਪੂ, ਸਾਰਾ ਦਿਨ ਡੁੰਨ ਵੱਟਾ ਬਣਿਆ ਰਹਿਣਾ, ਕਦੇ ਕੁਛ ਕਹਿ ਲਿਆ ਕਰ। ਰੋਟੀ ਖਾ ਲਾ ਕੇ। ਮੈਂ ਨਹੀਂ ਖਾਣੀ। ਖੇ ਸਵਾ ਖਾ ਕੇ ਆਇਆ ਹੁਣ, ਸਾਨੂੰ ਚਾਰਦਾ। ਮੈਂ ਤਾਂ ਇਹਦੇ ਪੋਤੜੇ ਧੋਣੀ ਰਹੀ ਹਾਂ। ਭੋਲੇ ਓਏ ਭੋਲੇ ਓਏ, ਕੁੜੀ ਕਾਹਦੀ ਹੈ ਵੀਰੇ? ਬੰਬ ਹੈ ਬੰਬ, ਨਿਰਾ ਪਟਾਕਾ। ਪੂਰੀਆਂ 35 ਪੜੀ ਹੈ, ਨਾਲੇ ਚੰਡੀਗੜ੍ਹ ਰਹਿੰਦੀ ਰਹੀ ਹੈ ਇੰਡੀਪੈਂਡੈਂਟ ਫਲੈਟ 'ਚ, ਜਿੱਥੇ ਚਾਹੀਦੀ ਅੱਧੀ ਰਾਤ ਆਈ ਜਾਓ, ਕੋਈ